ਸਾਨੂੰ ਸਵੇਰੇ 9:30 ਵਜੇ ਫੋਨ ਆਇਆ ਕਿ ਤੁਹਾਡਾ ਬੇਟਾ ਨਾ ਜਿਹੜਾ 300 ਸਾਲ ਦਾਖਲ ਹੈ। ਅਸੀਂ ਇੱਥੇ ਆਣ ਕੇ ਡਾਕਟਰ ਨੂੰ ਪੁੱਛਿਆ, ਡਾਕਟਰ ਕਹਿੰਦੇ ਕਿ ਪਿੱਛੋਂ ਡੈਥ ਹੋਈ ਆ। ਅੱਛਾ ਜੀ, ਮਰਿਆ ਹੀ ਆਇਆ ਉੱਥੋਂ। ਅੱਛਾ ਜੀ, ਕੰਪਨੀ 'ਚ ਨਹੀਂ ਪਤਾ ਲੱਗਿਆ ਕੋਈ ਕੋਈ ਗੱਲਬਾਤ ਹੋਈ ਇਹਨਾਂ ਦੇ ਨਾਲ? ਗੱਲਬਾਤ ਪਤਾ ਹੀ ਸਾਨੂੰ ਕੁਛ ਵੀ ਨਹੀਂ ਪਤਾ ਹੈਗਾ। ਡਿਪਰੈਸ਼ਨ ਹੁਣ ਤੰਗ ਕਰਦੇ ਸੀਗੇ ਜ਼ਿਆਦਾ, ਅਤੇ ਹਰ ਰੋਜ਼ ਤੰਗ ਕਰਦੇ ਸੀ ਉਹਨੂੰ, ਪਰੇਸ਼ਾਨ ਕਰਦੇ ਸੀਗੇ ਕਿ ਉਹ ਕਹਿੰਦਾ ਸੀ ਮੈਂ ਨੌਕਰੀ ਨਹੀਂ ਕਰਨੀ ਚਾਹੁੰਦਾ, ਇਹ ਕਹਿੰਦੇ ਤੈਨੂੰ ਮਰਵਾ ਦੇਣਾ ਅਸੀਂ। ਕੌਣ ਕਹਿੰਦਾ ਸੀ? ਇਹ ਹੀ ਆ ਜਿਹੜੀ ਮਾਲਕ ਆ। ਅੱਛਾ, ਬੇਜਾਦੀ, ਜਾਂ ਤੈਨੂੰ ਮਰਵਾ ਦੇਣਾ ਜਾਂ ਤੈਨੂੰ ਅੰਦਰ ਕਰਾ ਦੇਣਾ। ਕਿੰਨੇ ਸਾਲਾਂ ਤੋਂ ਕੰਮ ਕਰਦਾ ਸੀ ਤੁਹਾਡਾ? 2.5-3 ਸਾਲ। ਨਾਮ ਕੀ ਸੀ ਬੇਟੇ ਦਾ? ਗੌਰਵ। ਤੁਹਾਡੇ ਨਾਲ ਕੋਈ ਗੱਲਬਾਤ ਹੋਈ ਸੀ ਬੇਟੇ ਦੀ ਇਸ ਤੋਂ ਬਾਅਦ? ਨਹੀਂ, ਮੇਰੇ ਸਾਨੂੰ ਤਾਂ ਡੈਥ ਹੀ ਇਤਲਾਹ ਮਿਲੀ ਸੀ ਤਾਂ ਪਿੰਡ ਹੌਸਪੀਟਲ ਤੋਂ। ਇੱਕ ਲੜਕਾ ਆ ਗੌਰਵ, ਜਿਹੜਾ AIG ਬਿਲਡਿੰਗ ਦੇ ਵਿੱਚ ਕੰਮ ਕਰਦਾ ਸੀ, ਅਤੇ ਉਹਦੀ ਡੈਥ ਹੋ ਗਈ। ਉਹਦੇ ਸੰਬੰਧ 'ਚ ਅਸੀਂ ਇੱਥੇ ਸਿਵਲ ਹਸਪਤਾਲ ਆਏ ਹਾਂ, ਪਿੰਜ ਹਾਸਪੀਟਲ ਆਏ ਆ। ਉੱਥੇ ਉਹਦੇ ਫਾਦਰ ਸਾਹਿਬ ਮਿਲੇ ਆ, ਉਹਨਾਂ ਦਾ ਬਿਆਨ ਲਿਖਿਆ, ਜੋ ਉਹਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ। ਨਹੀਂ, ਉੱਥੇ ਕੰਮ ਕਰਦੇ ਸੀ? ਉੱਥੇ ਨੌਕਰੀ ਕਰਦੇ ਹੋਮ ਵੀਜ਼ਾ ਦੇ। ਇਹ ਵਾਰੀ ਪਾਈ ਕਰਦੇ ਹਾਂ, ਹੁਣ ਇਨਵੈਸਟੀਗੇਸ਼ਨ ਕਰਦੇ। ਨਹੀਂ, ਮਾਂ ਪਤਾ ਲੱਗਿਆ ਉੱਥੇ ਦੇ ਸਟਾਫ ਨੇ ਦੱਸਿਆ ਕਿ ਕਿਉਂ? ਅਸੀਂ ਹੁਣ ਇੱਥੇ ਆਏ ਹਾਂ, ਹੁਣ ਜਾ ਕੇ ਵੈਰੀਫਾਈ ਕਰ ਦੇਖਦੇ ਹਾਂ, ਹੁਣ ਚੈੱਕ ਕਰਦੇ। ਘਰਦਿਆਂ ਦਾ ਕਹਿਣਾ ਪਿਛਲੇ ਕਈ ਮਹੀਨਿਆਂ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਿਹੜੇ ਬੇਟੇ ਨੂੰ। ਇਨਵੈਸਟੀਗੇਸ਼ਨ ਕਰਦੇ ਹਾਂ, ਚੈੱਕ ਕਰਕੇ ਦੇਖ। ਮਾਮਲਾ ਕੀ ਦਰਜ ਕੀਤਾ ਜਾ ਰਿਹਾ? ਅਜੇ ਦੇਖਦੇ ਕਰ ਰਹੇ ਹਾਂ ਇਨਵੈਸਟੀਗੇਸ਼ਨ। ਨਾ ਹੋਵੋ ਪਰੇਸ਼ਾਨ, ਸਾਰੇ ਇਲਮਾਂ ਦੀ ਕਾਟ ਮੇਰੇ ਕੋਲ। ਬੇਗਮ ਸ਼ਹਿਨਾਜ ਜੀ, 25 ਸਾਲ ਦਾ ਤਜੁਰਬਾ, 9 ਇਲਮਾਂ ਦੀ ਤਾਕਤ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪਤੀ ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਅਤੇ PR ਵਿੱਚ ਰੁਕਾਵਟ, ਵਸ਼ੀਕਰਨ, ਜਾਦੂ ਟੂਣਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ, ਲਾਟਰੀ ਚਾਹੇ ਕੋਈ ਵੀ ਹੋਵੇ, ਜ਼ਰੂਰ ਨਿਕਲੇਗੀ। ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ, ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ। ਬੇਗਮ ਸ਼ਹਿਨਾਜ ਜੀ, ਸੰਪਰਕ ਕਰੋ 87250-40658, 8725040658।